ਸਮਰਾਲੇ ਕੋਲ ਵੀਰੇ ਸੇਹ ਪਿੰਡ ਸਮਰਾਲੇ ਖੰਨੇ ਦੇ ਵਿਚਾਲੇ ਹਾਂਜੀ ਸਤਿ ਸ਼੍ਰੀ ਅਕਾਲ ਜੀ, ਨਿਊਜ਼ 26 ਦੇਖਣ ਦਾ ਸਵਾਗਤ ਕਰਦੇ ਹਾਂ। ਮੈਂ ਤੁਹਾਡਾ ਆਪਣਾ ਬੁੱਟਾ ਲੱਦਰ, ਨਿਊਜ਼ 26। ਅੱਜ ਖੜ੍ਹੇ ਹਾਂ ਦਿੱਲੀ, ਜਿੱਥੇ ਕਿ ਲੰਗਰ ਲਗਾਇਆ ਸੇਹ ਪਿੰਡ ਵਾਲਿਆਂ ਨੇ। ਗੱਲਬਾਤ ਕਰਦੇ ਉਹਦੇ ਨਾਲ। ਹਾਂਜੀ ਸਤਿ ਸ਼੍ਰੀ ਅਕਾਲ ਬਾਪੂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੰਨੇ ਦਿਨ ਹੋ ਗਏ ਲੰਗਰ ਲਾਇਆ ਨਹੀਂ ਜੀ? ਸਾਨੂੰ ਅੱਜ ਜੀ 6 ਦਿਨ ਹੋ ਗਏ ਲਾਇਆ ਨੂੰ। ਅੱਛਾ ਜੀ। ਹਾਂਜੀ, ਅਸੀਂ 26 ਤਰੀਕ ਤੋਂ ਪਹਿਲਾਂ ਬੰਦੇ ਆ ਗਏ ਸੀ, ਹੁਣ ਸਾਨੂੰ 5-6 ਦਿਨ ਅੱਜ ਲੰਗਰ ਲਾਇਆ। ਅੱਛਾ, ਕਿੱਥੋਂ ਆਏ ਜਿੱਥੋਂ? ਪਿੰਡ ਸੇਹ ਤੋਂ, ਜ਼ਿਲ੍ਹਾ ਲੁਧਿਆਣਾ। ਅੱਛਾ ਜੀ। ਹਾਂਜੀ, ਨੇੜੇ ਖੰਨਾ ਹੈ ਜੀ? ਨੇੜੇ ਖੰਨਾ ਜੀ। ਹਾਂਜੀ ਵੀਰ ਜੀ, ਕੀ ਨਾਮ ਜੀ ਤੁਹਾਡਾ? ਭਾਅ ਜੀ ਹਰਦੀਪ ਸਿੰਘ ਹੈ ਜੀ। ਪਿੰਡ ਕਿਹੜਾ ਤੁਹਾਡਾ? ਪਿੰਡ ਮੇਰਾ ਵੀਰੇ ਹਰਿਓਂ ਖੁਰਦਾ, ਸਮਰਾਲੇ ਕੋਲੇ, ਮੇਰੇ ਨਾਨਕੇ ਸੇਹ ਨੇ, ਆਪਾਂ ਇਹ ਲੰਗਰ ਸੇਵਾ ਕਰ ਰਹੇ ਹਾਂ। ਹੋਰ ਤੁਸੀਂ ਦੱਸੋ ਬਾਈ, ਵਧੀਆ ਚੱਲ ਰਿਹਾ ਤੁਹਾਡਾ ਪੱਤਰਕਾਰੀ ਵਾਲਾ ਪ੍ਰੋਗਰਾਮ? ਵਧੀਆ ਹੀ ਚਾਹੀਦਾ ਬਾਈ, ਜਲੇਬੀਆਂ ਖਾ ਲਓ। ਸੇਵਾ ਕਰਦੇ ਨੂੰ ਵੀਰੇ ਸਾਨੂੰ ਕਿੰਨੇ, ਮੈਂ ਅਸੀਂ ਆਏ ਸੀਗੇ ਹਫ਼ਤਾ 8-10 ਦਿਨ ਹੋ ਗਏ। ਜਿੰਨੇ ਵਾਪਸ ਜਾਂਦੇ ਨੇ, ਦੋ ਜਾਂਦੇ ਨੇ ਤਾਂ 7-8 ਆਉਂਦੇ ਨੇ। ਘੱਟਦਾ ਤੂੰ ਦੇਖ ਹੀ ਜਾਂਦੇ ਹੋ, ਘੱਟਦਾ ਕਿੰਨਾ ਹੋ ਰਿਹਾ, ਵਧਣਾ ਹੀ ਹੈ ਤਾਂ ਵੀਰੇ, ਘੱਟਦਾ ਨਹੀਂ ਹੈਗਾ ਇਹ। ਕੇਂਦਰ ਸਰਕਾਰ ਨੇ ਕੀ ਸਹੂਲਤ ਦਿੱਤੀ? ਕੇਂਦਰ ਸਰਕਾਰ ਨੇ ਸਹੂਲਤ ਦਿੱਤੀ ਹੁੰਦੀ, ਇੱਥੇ ਕਾਹਨੂੰ ਬੈਠੇ ਹੁੰਦੇ? ਕੇਂਦਰ ਸਰਕਾਰ ਦੀ ਕੋਈ ਸਹੂਲਤ ਨਹੀਂ, ਉਹ ਵੈਸੇ ਇੱਕ ਸ਼ੋਅ ਪੀਸ ਰੱਖਿਆ ਆ, ਕੁਛ ਨਹੀਂ ਹੈਗਾ, ਉਹ ਖਾਲੀ ਖੋਖਾ, ਕੋਈ ਸਹੂਲਤ ਨਹੀਂ ਕੇਂਦਰ ਸਰਕਾਰ ਦੀ। ਆ ਤੁਸੀਂ ਦੇਖ ਰਹੇ ਹੋ, ਇੱਧਰ ਕੈਮਰਾ ਘੁਮਾ ਕੇ ਦੇਖੋ, ਇਹ ਵੈਸੇ ਇੱਕ ਸ਼ੋਅ ਪੀਸ ਰੱਖਿਆ, ਕੁਛ ਨਹੀਂ ਹੈਗਾ ਸਹੂਲਤ ਜਿਮੀਦਾਰ ਪਾਣੀ ਵਗੈਰਾ ਸਭ ਸੰਸਥਾ ਵੱਲੋਂ ਕਿਸਾਨ ਆਪ ਕਰ ਰਹੇ ਨੇ ਸਾਰਾ, ਕੋਈ ਵੀ ਕੇਂਦਰ ਸਰਕਾਰ ਵੱਲੋਂ ਕੋਈ ਕੇਂਦਰ ਸਰਕਾਰ ਦੀ ਸਹੂਲਤ ਹੁੰਦੀ, ਇੱਥੇ ਕਾਹਨੂੰ ਬੈਠੇ ਹੁੰਦੇ ਵੀਰੇ? ਸਾਰੇ ਕਿਸਾਨ ਆਏ ਤਾਂ ਦੁਨੀਆਂ ਢਿੱਡ ਭਰ ਸਕਦੇ ਹਾਂ, ਆਪਣੇ ਲੋਕਾਂ ਨਹੀਂ ਭਰ ਸਕਦੇ ਕਿਤੇ? ਅਸੀਂ ਦੁਨੀਆਂ ਢਿੱਡ ਭਰ ਸਕਦੇ ਹਾਂ, ਆਪਣੇ ਲੋਕਾਂ ਦਾ ਭਰ ਸਕਦੇ ਹਾਂ, ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ। ਬਾਕੀ ਤੁਸੀਂ ਦੇਖ ਲਓ ਸਾਹਮਣੇ ਕੁਛ ਨਹੀਂ ਹੈਗਾ ਇੱਥੇ, ਬਸ ਉਹ ਵੀ ਡੱਬੇ ਰੱਖੇ ਨੇ ਆ, ਕੋਈ ਸਹੂਲਤ ਨਹੀਂ ਹੈਗੀ। ਉਹ ਦੇਖ ਸਕਦੇ ਨੇ ਰੇਲ ਗੱਡੀ ਦੇ ਵਾਂਗ ਇਹਨੇ ਡੱਬੇ ਬਣਾ ਕੇ ਰੱਖੇ ਨੇ, ਨਾ ਤਾਂ ਕਹਿੰਦੇ ਉੱਥੇ ਪਾਣੀ ਆ, ਕੋਈ ਸਹੂਲਤ ਨਹੀਂ ਹੈਗੀ, ਸਾਈਡਾਂ 'ਤੇ ਲਾਏ ਹੋਏ ਨੇ, ਤੁਸੀਂ